ਵਿਆਹ ਕਰਵਾ ਕੇ ਨਹੀਂ ਰਚੀ, ਔਰਤ ਜੇਲ੍ਹ ਵਿੱਚ ਕਰਵਾ ਲਿਆ ਨੌਵਾਂ ਵਿਆਹ। ਤੁਹਾਨੂੰ ਦੱਸੀਏ ਕਿ 8 ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਗਈ ਔਰਤ ਨੇ ਜੇਲ੍ਹ ਦੇ ਵਿੱਚ ਹੀ ਬੰਦ ਹਵਾਲਾਤੀ ਦੇ ਨਾਲ ਨੌਵਾਂ ਵਿਆਹ ਕਰਵਾ ਲਿਆ। ਦਰਅਸਲ ਖਬਰ ਕਪੂਰਥਲਾ ਦੀ ਹੈ, ਜਿੱਥੇ ਜੇਲ੍ਹ ਦੇ ਵਿੱਚ ਬੰਦ ਇੱਕ ਔਰਤ ਨੇ ਜਿਸ ਦੇ ਉੱਪਰ ਪਹਿਲਾਂ ਹੀ 8 ਵਿਆਹ ਕਰਵਾਉਂਦੇ ਧੋਖਾਧੜੀ ਦੇ ਮਾਮਲੇ ਦਰਜ ਨੇ। ਹੁਣ ਇਸ ਔਰਤ ਵੱਲੋਂ ਜੇਲ੍ਹ ਦੇ ਵਿੱਚ ਬੰਦ ਇੱਕ ਹੋਰ ਹਵਾਲਾਤੀ ਨਾਲ ਨੌਵਾਂ ਵਿਆਹ ਕਰਵਾ ਲਿਆ, ਜਦਕਿ ਉਹ ਹਵਾਲਾਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਦੋਂ ਇਹ ਖਬਰ ਉਸ ਦੀ ਬਾਹਰ ਬੈਠੀ ਪਤਨੀ ਨੂੰ ਪਤਾ ਲੱਗੀ ਤਾਂ ਅੱਜ ਉਹ ਪਤਨੀ ਦਰਖਾਸਤ ਦੇਣ ਲਈ IG ਦਫ਼ਤਰ ਅੰਮ੍ਰਿਤਸਰ ਪਹੁੰਚੀ ਹੈ, ਜਿੱਥੇ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ਅਤੇ ਆਖਿਰ ਕੀ ਇਹ ਪੂਰਾ ਮਾਮਲਾ, ਆਓ ਤੁਹਾਨੂੰ ਪੀੜਿਤ ਔਰਤ ਅਤੇ ਪਰਿਵਾਰ ਕੋਲੋਂ ਸੁਣਾਉਂਦੇ ਹਾਂ। ਰਾਜਵੀਰ ਕੌਰ, ਕੀ ਗੱਲ ਹੋਈ ਅੱਜ ਤੁਸੀਂ IG ਦਫ਼ਤਰ ਪਹੁੰਚੇ ਜੀ? ਦਫ਼ਤਰ ਆਏ ਹਾਂ ਕਿ ਮੇਰੇ ਹਸਬੰਡ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ। ਉਹ 5 ਸਾਲ ਕਪੂਰਥਲੇ ਜੇਲ੍ਹ 'ਚ 5-6 ਸਾਲ ਉਹਨਾਂ ਕੱਟੇ ਆ। ਉੱਥੋਂ ਇੱਕ ਜਨਾਨੀ ਮਿਲ ਗਈ ਸੀ, ਰਲ ਗਈ ਸੀ ਉਹਦੇ ਨਾਲ, ਅਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ, ਆਪਣੇ ਘਰ ਰਹਿਣ ਡਿਆ। ਸਾਡੀ ਮੈਰਿਜ ਨੂੰ 8 ਸਾਲ ਹੋ ਗਏ ਆ, ਅਤੇ ਮਤਲਬ ਕਿ ਉਹ ਬਾਹਰ ਆਏ ਅਤੇ ਇਹਨੇ ਉਹਨੂੰ ਲਾਲਚ ਦੇ ਤਾ ਕਿ ਮੈਂ ਕਨੇਡਾ ਦੀ PR ਰਿਹਾ ਅਤੇ 40 ਕਿੱਲੇ ਮੇਰੀ ਪੈਲੀ ਆ ਅਤੇ ਮੇਰੇ ਨਾਲ ਵਿਆਹ ਕਰਵਾ। ਉਹਨੇ ਬਾਹਰੇ ਬਾਹਰ ਕਿਸੇ ਨੂੰ ਦੱਸਿਆ ਨਹੀਂ, ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ 'ਚ ਲਾਵਾਂ ਲੈ ਲਈਆਂ ਵਾਂ। ਅਤੇ ਅਸੀਂ ਹੁਣ ਇਹੋ ਮੰਗ ਕਰਦੇ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ, ਇਹਨੇ ਨਾਲ 25,000 ਦੀਆਂ ਵਾਲੀਆਂ ਲੈ ਆਈ ਆ। ਅਤੇ ਵੇਖੋ ਜੀ, ਸਾਡੇ ਪਿੰਡ ਦੇ ਵਿੱਚ ਵੀ ਇਹਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ। ਅਤੇ ਅਸੀਂ ਇਹੋ ਮੰਗ ਕਰਦੇ ਵੀ ਮੈਂ ਅਸੀਂ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਵਪ੍ਰੀਤ ਸਿੰਘ, ਮੈਂ ਉਹਦੀ ਪਤਨੀ ਹਾਂ ਰਾਜਵੀਰ ਕੌਰ, ਅਤੇ ਸਾਨੂੰ ਇਨਸਾਫ਼ ਦੀ ਮੰਗ ਚਾਹੀਦੀ, ਸਾਡੇ ਮੰਮੀ ਪਾਪਾ ਨੂੰ, ਸਾਡੀਆਂ ਕੁੜੀਆਂ ਨੂੰ ਅਤੇ ਲਵਪ੍ਰੀਤ ਨੂੰ। ਜੇਲ੍ਹ ਦੇ ਵਿੱਚ ਖਤਰਾ ਵਾ, ਇਹ ਪਹਿਲਾਂ ਵੀ 8 ਵਿਆਹ ਕਰਾ ਚੁੱਕੀ, 9ਵਾਂ ਵਿਆਹ ਇਹਨੇ ਲਵਪ੍ਰੀਤ ਨਾਲ ਕਰਾਇਆ। ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਆ? ਮੈਂ ਇਸ ਟਾਈਮ ਮੇਰਾ ਪਤੀ ਲਵਪ੍ਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ 'ਚ। ਕਿਹੜੇ ਜੁਰਮ 'ਚ ਜੇਲ੍ਹ 'ਚ ਗਏ ਸੀ? ਉਹਨਾਂ ਨੇ ਗੱਡੀ ਦੇ ਕੇਸ 'ਚ, ਉਹ ਵੀ ਇਹਨੇ ਕਰਵਾਇਆ, ਸਾਨੂੰ ਤਾਂ ਕੋਈ ਪਤਾ ਨਹੀਂ ਸੀ, ਚੰਗਾ ਭਲਾ ਕਰੇ ਬੈਠਾ ਸੀ। ਇਹਨੇ ਉਹਨੂੰ ਲੁੱਟ ਖੋਹ 'ਚ ਅਸੀਂ ਤਾਂ ਅੱਗੇ ਮਹਾਂ ਉਹਦੀਆਂ ਜਮਾਨਤਾਂ ਕਰਾਈਆਂ, ਉਹਨੂੰ ਮਹਾਂ ਹੀ ਮਤਲਬ ਕਿ ਘਰ ਬੁਲਾਇਆ ਸੀਗਾ, ਅਸੀਂ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜਮਾਨਤਾਂ ਕਰਾਈਆਂ। ਅਤੇ ਹੁਣ ਜਿਹੜੀ ਔਰਤ ਹੈ ਜਿਸ ਨਾਲ ਵਿਆਹ ਹੋਇਆ, ਉਹ ਕਿਹੜੇ ਜੁਰਮ 'ਚ ਜੇਲ੍ਹ 'ਚ? ਉਹ ਮਤਲਬ ਕਿ ਜੇਲ੍ਹ 'ਚੋਂ ਬਾਹਰ ਆ ਚੁੱਕੀ, ਉਹਨੇ ਵੀ ਅੱਗੇ ਕਿਸੇ ਨਾਲ 420 ਕੀਤੀ, ਕਿਸੇ ਕੋਲ ਠੱਗੀ ਮਾਰੀ ਸਾਗਰ ਰਤੂ ਕੋ। ਉਹ ਇਹਦਾ ਮਤਲਬ ਕਿ ਇਹਨੇ ਦੂਜੇ ਤੀਜੇ ਥਾਂ 'ਤੇ ਉਹਦੇ ਨਾਲ ਵਿਆਹ ਕਰਾਇਆ ਸੀ, ਉਹਦੇ ਨਾਲ ਇਹਨੇ ਠੱਗੀ ਮਾਰੀ, ਉਹਨਾਂ ਨੇ ਇੱਥੇ ਪਰਚਾ ਕਰਾਤਾ ਸੀ। ਹੁਣ ਤੁਸੀਂ ਅੱਜ IG ਦਫ਼ਤਰ ਆਏ ਜੇ, ਕੀ ਇਨਸਾਫ਼ ਮੰਗਿਆ? ਮੈਂ ਇਨਸਾਫ਼ ਦੀ ਉਹ ਮੰਗ ਕਰਦੀ ਹਾਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਹਾਂ, ਮੈਂ ਉਹ ਇਨਸਾਫ਼ ਕਰਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਡਈ, ਇਹਨੂੰ ਬਸ ਲੈ ਸਾਡੇ ਘਰ ਨਹੀਂ ਬਣਨੀ ਚਾਹੀਦੀ, ਇਹਨੂੰ ਜੇਲ੍ਹ ਹੋਣੀ ਚਾਹੀਦੀ ਆ। ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ। ਕੀ ਗੱਲ ਹੋਈ ਆ ਤੁਹਾਡੇ ਨਾਲ? ਸਾਡੇ ਨਾਲ ਇਹ ਗੱਲ ਹੋਈ ਆ ਕਿ ਜੇਲ੍ਹ 'ਚ ਹੀ ਰਲ ਗਈ ਮੁੰਡੇ ਦੇ ਨਾਲ, ਜੇਲ੍ਹ 'ਚ ਰਿਹਾ 5 ਸਾਲ ਅਤੇ ਹੁਣ ਬਾਹਰ ਕੱਢਿਆ ਸੀ ਅਤੇ ਮੁੜ ਕੇ ਫਿਰ ਇਹਨੇ ਠੱਗੀਆਂ ਠੋਰੀਆਂ ਮਾਰਨ ਡਾ ਦਿੱਤਾ, ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਧੋਖੇ ਨਾਲ, ਅਤੇ ਹੁਣ ਚਲ ਗਈ ਆ ਘਰੋਂ। ਕੀ ਨਾਮ ਹੈ ਉਹਦਾ? ਮਨਪ੍ਰੀਤ। ਨੰਗਰ ਨੰਗਰ ਲਬਾਣਾ। ਕਦੋਂ ਵਿਆਹ ਕਰਾਇਆ ਸੀ ਅਤੇ ਕਦੋਂ ਛੱਡ ਕੇ ਗਈ? ਸਾਲ ਹੋ ਗਿਆ ਵਿਆਹ ਨੂੰ। ਅਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਏ ਸੀ? ਹੋਰ ਵੀ ਵਿਆਹ ਕਰਾਏ 8। ਮਾਤਾ ਜੀ, ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ? ਕੀ ਕਰ ਰਹੇ? ਲਾਲਚ ਦਿੱਤਾ ਵਾ ਵੀ 40 ਕਿੱਲੇ ਆ ਮੇਰੇ PR ਵਾ ਕਨੇਡਾ ਦੀ, ਅਤੇ ਬਾਕੀ ਕੁੜੀ ਕੋਲ ਵੀ ਗਈ ਆ ਅਤੇ ਕੁੜੀ ਕੋਲ 2.5 ਲੱਖ ਦੀ ਠੱਗੀ ਮਾਰੀ ਆ, ਨਾਲ ਉਹਦੀਆਂ ਵਾਲੀਆਂ ਲੈ ਆਈ ਆ। ਹੁਣ ਤੁਸੀਂ ਅੱਜ IG ਦਫ਼ਤਰ ਪਹੁੰਚੇ ਜੇ, ਕਿਸ ਤਰੀਕੇ ਦੇ ਇਨਸਾਫ਼ ਦੀ ਮੰਗ ਕਰਦੇ? ਅਸੀਂ ਸਾਡੇ ਮਗਰੋਂ ਲੱਥ ਨਹੀਂ ਚਾਹੀਦੀ ਹੈ ਕਿਸੇ ਤਰ੍ਹਾਂ। ਸਾਡਾ ਮੁੰਡਾ ਵਿਆਹਿਆ ਵਾ। ਤੁਹਾਡੀ ਨੂੰਹ ਵੀ ਅੱਜ ਨਾਲ ਆਈ ਹੈ ਜੀ, ਕੀ ਕਹਿਣਾ ਚਾਹੋਗੇ? ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਸੀ? ਹਾਂਜੀ ਹਾਂਜੀ ਹੋਇਆ ਸੀ। ਮੇਰਾ ਨਾਂ ਰਵੀ ਗਿੱਲ, ਭਗਵਾਨ ਵਾਲਮੀਕਿ ਸਮਾਜ ਤੋਂ ਸੇਵਾਦਾਰ। ਇਹ ਹੈਗੀ ਆ ਬੀਬੀ, ਅੱਜ
ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ। ਇਹਨਾਂ ਦੇ ਨਾਲ ਠੱਗੀ ਵੱਜੀ ਆ, ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ, ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀ ਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ, ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ। ਅਤੇ ਇੱਕ ਉਹਨੇ ਕਿਸੇ ਸਾਗਰ ਰੱਤੂ ਦੇ ਨਾਂ ਦਾ ਬੰਦਾ ਆ, ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ। ਅਸੀਂ ਕਹਿੰਦੇ ਹਾਂ ਕਿ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਅਤੇ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ। ਇਸ ਟਾਈਮ ਉਹ ਜਿਹੜਾ ਲਵਪ੍ਰੀਤ ਸਿੰਘ ਨੂੰ ਕੀ ਧਮਕਾ ਰਹੀ ਆ ਜਾਂ ਕੀ? ਇਹਦੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ 'ਚ ਜਾ ਕੇ ਕਿ ਮੈਂ ਤੇਰੇ 'ਤੇ ਅੱਗੇ ਝੂਠੇ ਪਰਚੇ ਪਾਏ, ਮੈਂ ਹੋਰ ਪਵਾਵਾਂਗੀ। ਇਹੀ ਨੂੰ ਮਤਲਬ ਕਿ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾਂ ਖੋਵਾਂ ਕਰ। ਜੋ ਵੀ ਆ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ, ਕਿਉਂਕਿ ਇਹੀ ਮਾਸਟਰ ਮਾਈਂਡ ਆ। ਮਗਰ ਹੁਣ DIG ਸਾਹਿਬ ਨੇ ਕੀ ਭਰੋਸਾ ਦਵਾਇਆ? DIG ਸਾਹਿਬ ਜੀ ਦੇ ਹੈ ਨਹੀਂ ਜੀ, ਉਹਨਾਂ ਦੇ PSO ਸਾਹਿਬ ਮਿਲੇ ਆ, ਉਹਨਾਂ ਨੇ ਕਿਹਾ ਜੀ ਕੱਲ੍ਹ DIG ਸਾਹਿਬ ਮਿਲਣਗੇ ਅਤੇ ਆਪਾਂ ਤੁਹਾਨੂੰ ਜੋ ਵੀ ਆ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ।